ਅਧਿਆਪਕਾਂ ਦੀਆਂ ਬਦਲੀਆਂ 'ਚ ਕਿਸੇ ਕਿਸਮ ਦਾ ਸਿਆਸੀ ਦਬਾਅ ਨਾ ਆਵੇ, ਇਸ ਲਈ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੇ ਵੱਲੋਂ ਨਵੀਂ ਤਬਾਦਲਾ ਨੀਤੀ ਜਾਰੀ ਕੀਤੀ ਗਈ ਹੈ, ਜਿਸ ਨਾਲ ਬਿਨਾਂ ਕਿਸੇ ਸਿਫਾਰਿਸ਼ ਜਾਂ ਸਿਆਸੀ ਦਬਾਅ ਦੇ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਜਾ ਸਕਣਗੀਆਂ। ਇਸ ਦੇ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ। ਦੱਸ ਦਈਏ ਕਿ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਸਿੱਖਿਆ ਮਹਿਕਮੇ ਦੀ ਕਮਾਨ ਹੁਣ ਵਿਜੇਂਦਰ ਸਿੰਗਲਾ ਕੋਲ ਹੈ। ਜਿੰਨੇ ਪੰਜਾਬ ਦੇ ਸਕੂਲ ਆ ਉਹਨਾਂ ਨੂੰ ਜ਼ੋਨਸ ਦੇ ਵਿੱਚ ਵੰਡਿਆ ਤੇ ਜੇ ਕਿਸੇ ਪੰਜਾਬ ਦੇ ਸਾਡੇ ਲੋਕਾਂ ਨੂੰ ਜ਼ੋਨ ਦੇ ਵਿੱਚ ਕੋਈ ਦਿੱਕਤ ਹੋਵੇ ਤਾਂ ਉਹ ਆਪਣੀਆਂ ਓਬਜੈਕਸ਼ਨਸ ਅਗਲੇ 7 ਦਿਨ ਲਈ ਫਾਈਲ ਕਰ ਸਕਦੇ ਹਨ। ਉਹਦਾ ਪੂਰਾ ਟਾਈਮ ਸ਼ਡਿਊਲ ਅਸੀਂ ਵੈਬਸਾਈਟ ਦੇ ਉੱਪਰ ਦੇ ਰਹੇ ਹਾਂ ਕਿ ਅਗਲੇ 5-6 ਦਿਨ ਤੁਸੀਂ ਆਪਣੇ ਓਬਜੈਕਸ਼ਨਸ ਦੇ ਸਕਦੇ ਹੋ, ਜਿਹੜੇ ਜਿਹੜੇ ਸਕੂਲਾਂ ਨੂੰ ਅਸੀਂ ਡਿਸਟੈਂਸ ਦੇ ਆਧਾਰ ਦੇ ਉੱਪਰ ਜ਼ੋਨਸ ਦੇ ਵਿੱਚ ਪਾਇਆ, ਵੱਖ ਵੱਖ ਕੈਟਾਗਰੀ ਦੇ ਜ਼ੋਨਸ ਦੇ ਵਿੱਚ ਪਾਇਆ, ਵੱਖ ਵੱਖ ਪੈਰਾਮੀਟਰਸ ਬਣਾਏ ਹੈ, ਜਿਸ ਪੈਰਾਮੀਟਰ ਦੇ ਆਧਾਰ ਨਾਲ ਉਹਦੇ ਨੰਬਰਿੰਗ ਸਿਸਟਮ ਅਸੀਂ ਦਿੱਤਾ ਔਰ ਉਹਦੇ 'ਚ ਸੀਨੀਓਰਿਟੀ ਦੀ ਵੀ ਗੱਲ ਕੀਤੀ ਹੈ। ਜੇ ਕੋਈ ਲੇਡੀਜ਼ ਹੈ ਉਹਨਾਂ ਦੀ ਵੀ ਅਸੀਂ ਗੱਲ ਕੀਤੀ ਹੈ, ਕੋਈ ਡਿਸੇਬਲਡ ਹੈ ਉਹਨਾਂ ਦੀ ਵੀ ਅਸੀਂ ਗੱਲ ਕੀਤੀ ਹੈ, ਕੋਈ ਕਪਲ ਕੇਸ ਹੈ ਉਹਦੀ ਵੀ ਅਸੀਂ ਗੱਲ ਕੀਤੀ ਹੈ। ਜਿਸ ਵਿਅਕਤੀ ਦੀ 48 ਸਾਲ ਦੀ ਉਮਰ ਹੋ ਜਾਂਦੀ ਹੈ ਤੇ 58 ਸਾਲ ਤੱਕ ਹੋ ਜਾਂਦਾ ਤਾਂ ਅਸੀਂ 1 ਨੰਬਰ ਤੋਂ ਲੈ ਕੇ 10 ਨੰਬਰ ਤੱਕ ਐਸ ਪਰ ਹਿਸ ਏਜ ਹਿਜ਼ ਔਰ ਹਰ ਏਜ ਉਹਨੂੰ ਉਸ ਗੱਲ ਦੀ ਅਸੀਂ ਸੀਨੀਓਰਿਟੀ ਦਿੱਤੀ ਹੈ। ਬਹੁਤ ਸਾਰੀਆਂ ਕੈਟਾਗਰੀਜ਼ ਨੂੰ ਅਸੀਂ ਜਿਵੇਂ ਨਾਨ ਟੀਚਿੰਗ ਹੈ ਸਾਡਾ ਹਾਲੇ ਉਹ ਇਸ ਪਾਲਿਸੀ ਤੋਂ ਬਾਹਰ ਹੈ, ਟ੍ਰਾਂਸਫਰ ਆਫ ਨਾਨ ਟੀਚਿੰਗ ਸਾਡੀ ਇਸ ਤੋਂ ਬਾਹਰ ਹੈ, ਕੋਈ ਐਮਰਜੈਂਸੀ ਐਕਸੀਜ ਹੈਡਸ ਆਫ ਦੀ ਡਿਪਾਰਟਮੈਂਟਸ ਹੈ ਜਿਵੇਂ ਡੀਓਜ ਹੈ, ਡਾਇਟ ਪ੍ਰਿੰਸੀਪਲਸ ਹੈ, ਪ੍ਰਿੰਸੀਪਲਸ ਹੈ ਕਾਲਜ ਸਕੂਲਾਂ ਦੇ, ਉਹ ਇਸ ਪਾਲਿਸੀ ਤੋਂ ਬਾਹਰ ਹੈ। ਨਾਨ ਟੀਚਿੰਗ ਦਾ ਸਟਾਫ ਹਾਲੇ ਇਸ ਪਾਲਿਸੀ ਤੋਂ ਬਾਹਰ ਹੈ। ਜਿਸ ਤਰ੍ਹਾਂ ਇੱਕ ਟੀਚਰ ਦੀ ਬਦਲੀ ਇੱਕ ਜਗ੍ਹਾ ਤੋਂ ਹੁੰਦੀ ਹੈ ਤੇ ਉਹਦੇ ਨਾਲ ਜਿਹੜੀ ਜਗ੍ਹਾ ਖਾਲੀ ਹੁੰਦੀ ਹੈ ਉਹਦੀ ਬਦਲੀ ਹੋਣ ਤੋਂ ਬਾਅਦ ਤਾਂ ਉਹ ਅਸੀਂ 1 ਮਹੀਨੇ ਦੇ ਵਿੱਚ ਮਲਟੀਪਲ ਰਾਊਂਡਸ ਦੇਵਾਂਗੇ ਟੀਚਰ ਨੂੰ। ਇੱਕ ਟੀਚਰ ਬਾਰ ਬਾਰ ਮਤਲਬ ਵੱਖ ਵੱਖ ਟੀਚਰ ਬਾਰ ਬਾਰ ਜਿਹੜੀ ਵੈਕੈਂਸੀ ਕ੍ਰੀਏਟ ਹੁੰਦੀ ਹੈ, ਬਟ ਦੀ ਟੈਨਿਓਰ ਵਿਲ ਬੀ 1 ਮੰਥ ਫਰੋਮ ਦੀ ਡੇਟ ਆਫ ਓਪਨਿੰਗ ਆਫ ਟ੍ਰਾਂਸਫਰ। ਇਸ ਵਾਰੀ ਉਹ ਤਰੀਕ 31 ਜੁਲਾਈ ਰੱਖੀ ਗਈ ਹੈ। ਅਸੀਂ 31 ਜੁਲਾਈ ਤੱਕ ਜਿੰਨੇ ਮਲਟੀਪਲ ਰਾਊਂਡ ਹੋ ਸਕਣਗੇ, ਜਿੰਨੇ ਲੋਕ ਸਾਡੇ ਕੋਲ ਸ਼ਾਮ ਤੱਕ ਅਪਲਾਈ ਕਰਿਆ ਕਰਨਗੇ, ਸਾਡੀ ਕੋਸ਼ਿਸ਼ ਹੋਊਗੀ ਕਿ ਨੈਕਸਟ ਡੇ ਸ਼ਾਮ ਤੱਕ ਅਸੀਂ ਉਹਨਾਂ ਦੀਆਂ ਟ੍ਰਾਂਸਫਰ ਦੀਆਂ ਰਿਕੁਐਸਟ ਨੂੰ ਆਨਲਾਈਨ ਅਪਰੂਵ ਕਰ ਦਈਏ। ਦੀ ਲਾਸਟ ਟ੍ਰਾਂਸਫਰ ਡੇਟ ਵੁੱਡ ਬੀ 31 ਜੁਲਾਈ, ਉਸ ਤੋਂ ਬਾਅਦ ਕੋਈ ਟ੍ਰਾਂਸਫਰ ਨਹੀਂ ਹੋਊਗੀ। ਵਾਈ ਵੀ ਆਰ ਡੂਇੰਗ ਦੈਟ? ਸੋ ਦੈਟ ਬੱਚਿਆਂ ਦੀ ਪੜ੍ਹਾਈ ਸਫਰ ਨਾ ਕਰੇ ਤੇ ਕੋਈ ਵੀ ਸਾਥੀ ਕੋਈ ਵੀ ਟੀਚਰ ਜਿਹੜਾ ਅੱਜ ਆਪਸ਼ਨ ਲੈ ਕੇ ਕਿਸੇ ਸਕੂਲ 'ਚ ਚਲੇ ਜਾਂਦਾ ਦੈਨ ਦੀ ਫਿਕਸਡ ਟੈਨਿਓਰ ਫਾਰ ਦੈਟ ਟੀਚਰ ਵੁੱਡ ਬੀ 2 ਈਅਰਸ। ਉਹ 2 ਸਾਲ ਤੋਂ ਪਹਿਲਾਂ ਆਪਣੀ ਦੁਬਾਰਾ ਟ੍ਰਾਂਸਫਰ ਨਵੀਂ ਜਗ੍ਹਾ ਵਾਸਤੇ ਅਪਲਾਈ ਨਹੀਂ ਕਰ ਸਕਦਾ। ਪੰਜਾਬ ਮੰਤਰੀ ਮੰਡਲ 'ਚ ਹੋਏ ਵੱਡੇ ਫੇਰ ਬਦਲ ਤੋਂ ਬਾਅਦ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੰਗਲਵਾਰ ਨੂੰ ਆਪਣਾ ਨਵਾਂ ਅਹੁਦਾ ਸੰਭਾਲ ਲਿਆ ਹੈ। ਓਪੀ ਸੋਨੀ ਨੇ ਅੱਜ ਨਵੇਂ ਮੈਡੀਕਲ ਸਿੱਖਿਆ ਤੇ ਆਜ਼ਾਦੀ ਗੁਲਾਟੀ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ, ਪਰ ਫੇਰ ਬਦਲ ਤੋਂ ਖਫਾ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਅਜੇ ਬਰਕਰਾਰ ਹੈ। ਦੱਸ ਦਈਏ ਕਿ ਫੇਰ ਬਦਲ ਤੋਂ ਬਾਅਦ ਬਾਕੀ ਸਾਰੇ ਮੰਤਰੀਆਂ ਨੇ ਤਾਂ ਆਪੋ ਆਪਣੇ ਨਵੇਂ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ, ਪਰ ਓਪੀ ਸੋਨੀ ਅਤੇ ਨਵਜੋਤ ਸਿੰਘ ਸਿੱਧੂ ਕੈਪਟਨ ਤੋਂ ਨਾਰਾਜ਼ ਚੱਲ ਰਹੇ ਸਨ। ਫਿਲਹਾਲ ਓਪੀ ਸੋਨੀ ਨੇ ਸਾਰੇ ਗਿਲੇ ਸ਼ਿਕਵੇ ਦੂਰ ਕਰਦੇ ਹੋਏ ਆਪਣਾ ਵਿਭਾਗ ਸੰਭਾਲ ਲਿਆ ਹੈ, ਪਰ ਨਵਜੋਤ ਸਿੰਘ ਸਿੱਧੂ ਵੱਲੋਂ ਅਜੇ ਤੱਕ ਆਪਣਾ ਨਵਾਂ ਵਿਭਾਗ ਸੰਭਾਲਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਪੰਜਾਬ ਪੁਲਿਸ ਤੇ ਇੱਕ ਵਾਰ ਫਿਰ ਕੁੱਟਮਾਰ ਦੇ ਦੋਸ਼ ਲੱਗੇ ਨੇ। ਤਰਨ ਤਾਰਨ ਦੇ CIA ਸਟਾਫ ਤੇ ਇੱਕ ਮਹਿਲਾ ਵੱਲੋਂ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ। ਜਾਣਕਾਰੀ ਦਿੰਦਿਆਂ ਉਕਤ ਮਹਿਲਾ ਨੇ ਦੱਸਿਆ ਕਿ CIA ਸਟਾਫ ਦੀ ਪੁਲਿਸ ਉਹਨਾਂ ਦੇ ਘਰ ਆਈ ਤੇ ਉਸਦੇ ਪਤੀ ਬਾਰੇ ਪੁੱਛਗਿੱਛ ਕੀਤੀ, ਜਿਸ ਦੌਰਾਨ ਜਦੋਂ ਉਹਨੇ ਪਤੀ ਬਾਰੇ ਕੁਝ ਨਾ ਪਤਾ ਹੋਣ ਦਾ ਆਖਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੁਲਿਸ ਵਾਲੇ ਆਏ ਆ ਤੇ ਆਣ ਕੇ ਮੇਰੇ ਹਸਬੈਂਡ ਬਾਰੇ ਪੁੱਛਿਆ ਤੇ ਮੈਂ ਕਿਹਾ ਵੀ ਨਹੀਂ ਮੈਨੂੰ ਨੀ ਪਤਾ ਵੀ ਕਿੱਥੇ ਹੈਗੇ ਆ, ਤੇ ਫਿਰ ਗਲਤ ਮਤ ਬੋਲਦੇ ਸੀ, ਫਿਰ ਮੈਨੂੰ ਮਾਰਿਆ। ਫਿਰ ਮੇਰੀ ਬੇਟੀ ਕਹਿੰਦੀ ਮੈਂ ਆਪਣੇ ਪਾਪਾ ਨੂੰ ਫੋਨ ਲਾਉਣੀ, ਮੇਰੀ ਮੰਮੀ ਠੀਕ ਨੀ ਹੈਗੀ ਵੀ। ਫਿਰ ਮੇਰੇ ਬੇਟੇ ਕੋਲ ਫੋਨ ਖੋਲਿਆ ਥੱਪੜ ਮਾਰ ਕੇ, ਤੇ ਫਿਰ ਮੈਨੂੰ ਮਾਰਿਆ, ਮੇਰੇ ਦਿਨ ਚ ਬੇੜਾ ਮਾਰਿਆ। ਫਿਰ ਇੱਕ ਨੇ ਮੈਨੂੰ ਲੱਕ ਚ ਮਾਰੀ, ਫਿਰ ਮੇਰੇ ਪੈਰ ਦਰਦ ਮੇਰੇ ਪਹਿਲਾਂ ਹੀ ਬੜੀ ਸੋਜ ਹੁੰਦੀ ਸੀ, ਦਵਾਈ ਲਈ ਦੀ ਤੇ ਮੇਰੀ ਸੋਜ ਲੱਗਦੀ ਸੀ, ਫੇਰ ਪੈ ਗਈ ਅੱਜ। ਦੂਜੇ ਪਾਸੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ ਤੇ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਜੇਕਰ ਅਜਿਹੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿੰਨਾ ਕਿ ਮੈਨੂੰ ਦੱਸਿਆ ਗਿਆ ਹੈ, ਇਹ ਬੇਸਿਕਲੀ ਸਾਨੂੰ ਖੁਫੀਆ ਟਿਪ ਆਫ ਤੇ ਕੁਝ ਲੋਕਾਂ ਦਾ ਪਤਾ ਚੱਲਿਆ ਸੀ, ਜਿਹੜੇ ਕਿ ਕਿਸੇ ਨਸ਼ਾ ਵੇਚਣ ਜਾਂ ਹੋਰ ਕਿਸੇ ਜਿਹੜੀ ਗੈਰ ਕਾਨੂੰਨੀ ਕੰਮਾਂ 'ਚ ਇਨਵੋਲਵ ਹੈਗੇ ਆ, ਉਹਦੇ ਤਹਿਤ ਤਰਨ ਤਾਰਨ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਵੱਖਰੇ ਵੱਖਰੇ ਸਸਪੈਕਟਡ ਲੋਕਾਂ 'ਤੇ ਰੇਡ ਕੀਤੇ ਗਏ ਸੀ।
ਬਾਕੀ ਜਿਹੜੀ ਇਨਫੋਰਮੇਸ਼ਨ ਦੇ ਰਹੇ ਕਿ ਲੇਡੀ ਨਾਲ ਕੁੱਟਮਾਰ ਕੀਤੀ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਜਦੋਂ ਵੀ ਸਾਡੀ ਪਾਰਟੀ ਰੇਡ ਕਰਨ ਜਾਂਦੀ ਹੈ ਉਹਦੇ ਵਿੱਚ ਲੇਡੀ ਫੋਰਸ ਵੀ ਹੁੰਦੀ ਹੈ, ਅਤੇ ਅਸੀਂ ਇਹਦਾ ਖਾਸ ਧਿਆਨ ਰੱਖਦੇ ਹਾਂ ਕਿ ਇੱਦਾਂ ਦੀ ਕੋਈ ਗੱਲ ਨਾ ਹੋਏ। ਬਾਕੀ ਇਹਦੀ ਜਿਹੜੀ ਇਨਕੁਆਇਰੀ ਹੈ SHO ਚੋਲਾ ਸਾਹਿਬ ਨੂੰ ਮਾਰਕ ਕਰਤੀ ਗਈ ਹੈ, ਜਿਹੜੇ ਕਿ ਤੱਥ ਸਾਹਮਣੇ ਆਉਣ 'ਤੇ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ। ਜੇ ਕਿਹਦੇ ਕੋਲ ਕੋਈ ਸਬੂਤ ਹੈਗਾ, ਸ਼ਹਾਦਤ ਹੈਗੀ ਜਾਂ ਕੋਈ ਵੀ ਵੀਡੀਓ ਹੈਗਾ, ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ। ਮਹਿਲਾ ਵੱਲੋਂ ਲਗਾਏ ਜਾ ਰਹੇ ਦੋਸ਼ ਗੰਭੀਰ ਨੇ ਤੇ ਲੋੜ ਹੈ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਤਾਂ ਜੋ ਸੱਚ ਸਾਹਮਣੇ ਆ ਸਕੇ। ਕੀ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ? ਤਾਂ ਤੁਹਾਡੇ ਆਪਣੇ ਸ਼ਹਿਰ ਰਾਮਪੁਰਾ ਫੂਲ ਵਿੱਚ ਚੱਲ ਰਿਹਾ ਸਫਲਤਾ ਪੂਰਵਕ 10,000 ਤੋਂ ਵੱਧ ਵੀਜ਼ੇ ਲਗਵਾਉਣ ਵਾਲਾ ਦੀ ਟ੍ਰੈਕਰਸ ਆਇਲਸ ਇੰਸਟੀਚਿਊਟ ਪੜੋ ਕੈਨੇਡਾ ਦੀਆਂ ਟਾਪ ਯੂਨੀਵਰਸਿਟੀਜ਼ ਵਿੱਚ 6 ਓਵਰਆਲ ਬੈਂਡ ਦੇ ਨਾਲ ਪੂਰੀ ਫੀਸ, ਵੀਜ਼ਾ ਲੱਗਣ ਤੋਂ ਬਾਅਦ ਸਮਾਰਟ ਕਲਾਸਿਸ ਫਾਰ ਆਇਲਸ, ਫ੍ਰੀ ਡੈਮੋ ਕਲਾਸਿਸ, ਸੈਟਿਸਫੈਕਸ਼ਨ ਗਾਰੰਟੀ। ਫਾਰ ਫਰਦਰ ਡਿਟੇਲਸ ਪਲੀਜ਼ ਵਿਜ਼ਿਟ ਦੀ ਟ੍ਰੈਕਰਸ ਆਇਲਸ ਇੰਸਟੀਚਿਊਟ ਓਪੋਜ਼ਿਟ PNB ਬੈਂਕ, ਬੈਂਕ ਬਾਜ਼ਾਰ, ਰਾਮਪੁਰਾ ਫੂਲ, ਐਂਡ ਕੰਟੈਕਟ ਔਨ 9878960400। ਤਰਨ ਤਾਰਨ ਦੇ ਪਿੰਡ ਬਛੜਾ ਨੇੜੇ ਇੱਕ ਸ਼ਖਸ ਦਾ ਕਤਲ ਹੋਇਆ ਹੈ। ਬੀਤੀ ਰਾਤ ਹਥਿਆਰਬੰਦ ਵਿਅਕਤੀਆਂ ਨੇ ਬੁਲੇਟ ਸਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਵਿਅਕਤੀ ਬੁਲੇਟ ਤੇ ਪਿੰਡ ਜਮਾਲਪੁਰ ਤੋਂ ਤਰਨ ਤਾਰਨ ਆ ਰਿਹਾ ਸੀ। ਰਸਤੇ ਵਿੱਚ ਅਣਪਛਾਤੇ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ ਦੇ ਰੂਪ ਵਿੱਚ ਹੋਈ ਹੈ। ਗੁਰਮੇਲ ਸਿੰਘ ਸ਼੍ਰੋਮਣੀ ਕਮੇਟੀ ਤਰਨ ਤਾਰਨ ਵਿੱਚ ਕੰਮ ਕਰਦਾ ਸੀ। ਪੁਲਿਸ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹਦਾ ਨਾਂ ਗੁਰਮੇਲ ਸਿੰਘ ਹੈ ਜੀ। ਕਿੱਥੇ ਕੰਮ ਕਰਦੇ ਆ? ਇਹ ਸ਼੍ਰੋਮਣੀ ਕਮੇਟੀ ਚ ਡਿਊਟੀ ਕਰਦੇ ਸੀ। ਤੇ ਕੀ ਗੱਲ ਹੋਈ ਆ? ਇਹ ਜੀ ਦੁੱਧ ਲੈ ਕੇ ਜਾਣ ਡਿਆ ਤੇ ਪਤਾ ਨੀ ਭਈ ਕੀ ਗੱਲ ਬਣੀ ਆ, ਰਾਸਤੇ ਚ ਆਉਂਦਿਆ ਦੁੱਧ ਲੈ ਕੇ ਤੇ ਉਹਨਾਂ ਨੇ ਗੋਲੀ ਮਾਰਤੀ ਆ। ਪਤਾ ਨੀ ਮਹਾਰਾਜਾ ਨੇ ਵੀ ਕੌਣ ਆ ਕੌਣ ਨਹੀਂ। ਕਿੱਥੇ ਕੰਮ ਕਰਦੀ ਹੈ? ਇਹ ਜੀ ਤਰਨ ਤਾਰਨ ਸ਼੍ਰੋਮਣੀ ਕਮੇਟੀ ਚ। ਕਾਹਤੇ ਆਉਂਦੇ ਸੀ? ਇਹ ਬੁਲਟ ਮੋਟਰਸਾਈਕਲ ਹੈ ਇਹਨਾਂ ਦੇ ਭਣੇਵੇਂ ਦਾ ਸੀ, ਜੋ ਉੱਥੇ ਆਉਣ ਡਿਆ ਆਪਣੇ ਵਾਲਾ, ਇਹਦਾ ਖਰਾਬ ਹੋਇਆ ਸੀ ਉੱਥੇ ਲੱਗਾ ਸੀ। ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਪਿੰਡ ਬਚੜੇ ਦੇ ਏਰੀਏ ਦੇ ਵਿੱਚ, ਜਿਹੜਾ ਕਿ ਥਾਣਾ ਸਿਟੀ ਤਰਨ ਤਾਰਨ ਦੇ ਵਿੱਚ ਪੈਂਦਾ ਹੈ, ਇੱਥੇ ਕੁਛ ਅਨਨੋਨ ਪਰਸਨ ਨੇ, ਇੱਕ ਵਿਕਟਮ ਹੈਗਾ ਗੁਰਮੇਜ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਜਮਾਲਪੁਰ, ਇਹਨੂੰ ਪਿੱਛੋਂ ਗਨ ਸ਼ਾਟ ਦੇ ਨਾਲ ਸ਼ੂਟ ਕੀਤਾ ਔਰ ਇਹਨਾਂ ਦੀ ਔਨ ਦੀ ਸਪੋਟ ਡੈਥ ਹੋ ਗਈ ਹੈ। ਅਸੀਂ ਮੌਕੇ 'ਤੇ ਥਾਣਾ ਸਿਟੀ ਦੀ ਪੁਲਿਸ ਪਹੁੰਚੀ ਹੈ, ਡੈਡ ਬੋਡੀ ਜਿਹੜੀ ਹੈਗੀ ਆ ਉਹ ਅਸੀਂ ਇੱਥੇ ਸਿਵਲ ਹਸਪਿਟਲ ਪਹੁੰਚਾਈ ਹੈ ਔਰ ਕੇਸ ਰਜਿਸਟਰ ਕਰ ਰਹੇ ਹਾਂ। ਸੰਗਰੂਰ ਦੇ ਪਿੰਡ ਟਰੋਲ ਦੇ ਲੋਕਾਂ ਦਾ ਸਬਰ ਦਾ ਬੰਨ ਜਦੋਂ ਫੁੱਟਿਆ ਤਾਂ ਇਹ ਲੋਕ ਸੜਕਾਂ ਤੇ ਉਤਰ ਆਏ ਤੇ ਜਾਮ ਲਾ ਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਨ ਲੱਗ ਪਏ। ਦਰਅਸਲ ਟਰੋਲ ਪਿੰਡ ਦਾ ਰਹਿਣ ਵਾਲਾ 22 ਸਾਲਾ ਨੌਜਵਾਨ ਕੁਲਦੀਪ ਸਿੰਘ ਅਚਾਨਕ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਿਆ, ਜਿਸ ਦੀ ਤਲਾਸ਼ ਲਈ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੂਰਾ ਇਲਾਕਾ ਛਾਨ ਮਾਰਿਆ, ਲੇਕਿਨ ਕੁਲਦੀਪ ਦਾ ਕੋਈ ਪਤਾ ਨਾ ਲੱਗਿਆ। 2 ਦਿਨ ਭਾਲ ਕਰਨ ਉਪਰੰਤ ਕੁਲਦੀਪ ਦੀ ਲਾਸ਼ ਜਿਸ ਨਹਿਰ ਵਿੱਚ ਉਹ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਸੀ ਉਸ ਵਿੱਚੋਂ ਹੀ ਬਰਾਮਦ ਕੀਤੀ ਗਈ ਹੈ। ਹਾਲਾਂਕਿ ਪਹਿਲੇ ਪਹਿਲ ਮਾਮਲਾ ਡੁੱਬ ਕੇ ਮੌਤ ਹੋਣ ਦਾ ਦੱਸਿਆ ਜਾ ਰਿਹਾ ਸੀ, ਪਰ ਪੀੜਤ ਪਰਿਵਾਰ ਨੇ ਦੋਸਤਾਂ ਤੇ ਸ਼ੱਕ ਜਤਾਇਆ ਹੈ। ਮਸਲੇ ਦਾ ਕੋਈ ਪੁਖਤਾ ਹੱਲ ਨਾ ਹੁੰਦਾ ਦੇਖ ਸਾਰੇ ਪਿੰਡ ਵਾਸੀਆਂ ਨੇ ਥਾਣੇ ਦਾ ਵੀ ਘਿਰਾਓ ਕਰ ਦਿੱਤਾ। ਅੰਮੇ ਦੇ ਘਰੇ ਉਹਨੇ ਬੁਲਾਇਆ ਸੀਗਾ ਵੀ ਮੈਂ ਬਾਹਰ ਜਾਣਾ, ਮੇਰੇ ਲਵੇ ਆ, ਆਪਾਂ ਦਿੱਲੀ ਚੱਲਾਂਗੇ। 23 ਤਰੀਕ ਨੂੰ ਉਹਦੇ ਘਰੇ ਗਿਆ, ਉਹ 24 ਤਰੀਕ ਦੀ ਉਹਦੀ ਫਲੈਟ ਸੀ, ਪਰ ਕੀ 1:30 ਵਜੇ ਮਤਲਬ ਕਿ ਉਹ ਨਹਿਰ 'ਤੇ ਨਹਾਉਣ ਗਏ ਨੇ ਇਕੱਠੇ ਹੋ ਕੇ, ਕੌਣ ਗਿਆ ਇਹ ਦੇਖੋ ਸਾਨੂੰ ਨਹੀਂ ਪਤਾ, ਮੁੰਡੇ ਗਏ ਨੇ। ਉਦੋਂ ਬਾਅਦ ਸਾਨੂੰ ਉਹ ਮੁੰਡਿਆਂ ਨੇ ਫੋਨ ਕਰਕੇ ਸ਼ਾਮ ਨੂੰ 7 ਵਜੇ ਮੈਸੇਜ ਲਾਇਆ ਕਿਸੇ ਮੁੰਡੇ ਨੂੰ ਹੋਰ ਪਿੰਡ 'ਚ ਵੀ ਉਹਨਾਂ ਦੇ ਘਰੇ ਸੁਨੇਹਾ ਲਾ ਦੇ ਵੀ ਉਹ ਮਿਲ ਨਹੀਂ ਰਿਹਾ। ਜਦੋਂ ਅਸੀਂ ਇਹ ਰਾਤ ਨੂੰ 7 ਵਜੇ ਪਰਿਵਾਰ ਦੇ ਕੁਛ ਮੈਂਬਰ ਆਏ, ਉਹਨਾਂ ਨੇ ਛਾਣਬੀਣ ਕੀਤੀ, ਦੇਖੋ ਉਹਨਾਂ ਨੇ ਪਿੰਡ 'ਚ ਰੌਲਾ ਨਹੀਂ ਪਾਇਆ ਵੀ ਕੋਈ, ਚਲੋ ਕੋਈ ਗੱਲ ਕੋਈ ਉਰਾਂ। ਉਦੋਂ ਬਾਅਦ ਤੜਕੇ ਸਵੇਰੇ ਅਸੀਂ 5 ਵਜੇ ਦੇ ਉਹਦੀ ਭਾਲ ਲੱਗ ਰਹੇ ਕਰਨ, ਉਹ ਕਹਿੰਦੇ ਨੇ ਵੀ ਨਹਿਰ 'ਚ ਨਹਾਉਂਦਾ ਸੀ, ਸਾਨੂੰ ਨਹਿਰ 'ਚ ਨਹੀਂ ਮਿਲਿਆ। ਦੀਪ ਸਿੰਘ 23 ਤਰੀਕ 24 ਤੋਂ 1 ਰਾਤ ਪਹਿਲਾਂ ਕਰਮਜੀਤ ਦੇ ਫੋਨ ਕਰਨ 'ਤੇ ਉਹਦੇ ਘਰ ਆਇਆ ਸੀ, ਇਸ ਕਰਕੇ ਉਹਦੇ ਕੱਪੜੇ ਔਰ ਉਹਦਾ ਸਾਰਾ ਸਮਾਨ ਕਰਮਜੀਤ ਦੇ ਘਰ ਸੀ। ਉੱਥੋਂ ਇਹ ਜਿਹੜੇ ਕਰਮਜੀਤ ਦੇ ਕੱਪੜੇ ਪਾਏ ਹੋਏ ਸੀ ਉਹਦੇ ਨਾਲ ਹੀ ਇਹ ਨਹਾਉਣ ਲਈ ਨਹਿਰ 'ਤੇ ਚਲੇ ਗਿਆ ਸੀ, ਇਹ ਕਹਾਣੀ। ਕੀ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ? ਤਾਂ ਤੁਹਾਡੇ ਆਪਣੇ ਸ਼ਹਿਰ ਰਾਮਪੁਰਾ ਫੂਲ ਵਿੱਚ ਚੱਲ ਰਿਹਾ ਸਫਲਤਾ ਪੂਰਵਕ 10,000 ਤੋਂ ਵੱਧ ਵੀਜ਼ੇ ਲਗਵਾਉਣ ਵਾਲਾ ਦੀ ਟ੍ਰੈਕਰਸ ਆਇਲਸ ਇੰਸਟੀਚਿਊਟ ਪੜੋ ਕੈਨੇਡਾ ਦੀਆਂ ਟਾਪ ਯੂਨੀਵਰਸਿਟੀਜ਼ ਵਿੱਚ 6 ਓਵਰਆਲ ਬੈਂਡ ਦੇ ਨਾਲ ਪੂਰੀ ਫੀਸ, ਵੀਜ਼ਾ ਲੱਗਣ ਤੋਂ ਬਾਅਦ ਸਮਾਰਟ ਕਲਾਸਿਸ ਫਾਰ ਆਇਲਸ,
free demo classes, satisfaction guarantee. For further details, please visit The Trackers IELTS Institute, opposite PNB Bank, Bank Bazaar, Rampura Fool, and contact on 9878960400. You are watching NC7 News. To give advertisement for flash ad, video ad and paid stories on this channel, contact us on 9855858559.